ਜਥੇਦਾਰ ਸਾਹਿਬ ਜੀ ਕੀ ਮਹਿਸੂਸ ਕਰਦੇ ਹੋ ਕਿਸੇ ਵਕਤ ਤੁਸੀਂ ਗੁਰੂ ਨਿੰਦਕਾਂ ਦੇ ਨਾਲ ਮੱਥਾ ਵੀ ਲਾਉਂਦੇ ਰਹੇ ਸਰਬੱਤ ਖਾਲਸਾ ਨੇ ਤੁਹਾਨੂੰ ਜਥੇਦਾਰ ਵੀ ਚੁਣਿਆ ਔਰ ਅੱਜ ਤੁਸੀਂ ਅਸਤੀਫਾ ਦੇ ਕੇ ਜਥੇਦਾਰੀ ਤੋਂ ਪ੍ਰਧਾਨਗੀ ਨੂੰ ਹਾਂ ਕੀਤੀ ਹੈ ਜੇ ਮੈਂ ਕਹਾਂ ਵੀ ਕੀ ਮਹਿਸੂਸ ਕਰਦੇ ਹੋ ਸਭ ਤੋਂ ਪਹਿਲਾਂ ਤੁਸੀਂ ਹਰਿਆਣੇ ਦੀ ਕਮਾਂਡ ਸੰਭਾਲੀ ਆ ਉੱਥੋਂ ਗੱਲਬਾਤ ਸ਼ੁਰੂ ਕਰਾਂਗੇ ਦੇਖੋ ਭਾਈ ਜਸਵੀਰ ਸਿੰਘ ਜੀ ਤੁਸੀਂ KTV ਦੀ ਟੀਮ ਸਮੁੱਚੀ ਸਾਰੀ ਸਵੇਰ ਤੋਂ ਨਾਲ ਚੱਲੇ ਤੁਸੀਂ ਦੇਖ ਰਹੇ ਹੋ ਸੰਗਤਾਂ 'ਚ ਕਿੰਨਾ ਉਤਸ਼ਾਹ ਅਤੇ ਪਿਆਰ ਆ ਜੀ ਜਿਹੜਾ ਸ਼ਬਦ ਤੁਸੀਂ ਵਰਤਿਆ ਕਿਸੇ ਵਕਤ ਦੇਹਧਾਰੀ ਗੁਰੂ ਡੰਮ ਦੇ ਖਿਲਾਫ ਲੜਦੇ ਕਿਸੇ ਵਕਤ ਨਹੀਂ ਅੱਜ ਵੀ ਆ ਜੀ ਜੀ ਜਿਹਦੇ ਖਿਲਾਫ ਲੜਾਈ ਵਿੱਢੀ ਸੀ ਸੰਨ 97 'ਚ ਸੌਦਾ ਸਾਧ ਦੇ ਅੱਜ ਉਹ ਸੁਨਾਰੀਆ ਜੇਲ੍ਹ ਵਿੱਚ ਬੈਠਾ ਰੋਹਤਕ ਦੀ ਚੱਕੀ ਪੀ ਰਿਹਾ ਆਪਣੇ ਕੀਤੇ ਕੁਕਰਮਾਂ ਦੀ ਸਜ਼ਾ ਜਿਹਨੇ ਸਾਨੂੰ ਅਨੇਕਾਂ ਵਾਰੀ ਜੇਲ੍ਹਾਂ 'ਚ ਟਿਕਾਇਆ ਆਪਣੇ ਡਿਊਟੀਦਾਰਾਂ ਕੋਲੋਂ ਝੂਠੇ ਮੁਕੱਦਮੇ ਦਰਜ ਕਰਾਏ ਬੜੀ ਹਰਾਸਮੈਂਟ ਦਿੱਤੀ ਤਬਾਹੀਆਂ ਝੱਲੀਆਂ ਭਨਿਆਰੇ ਨਾਲ ਲੜੇ ਗੁਰਮੇਲੀਏ ਨਾਲ ਲੜੇ ਸੌਦਾ ਸਾਧ ਨਾਲ ਲੜੇ ਧਰਮ ਦੇ ਸਿਧਾਂਤਾਂ 'ਤੇ ਸਿਧਾਂਤਕ ਵਿਚਾਰਧਾਰਕ ਲੜਾਈ ਲੜੀ ਹੈ ਅੱਜ ਵੀ ਪਖੰਡਵਾਦ ਦੇ ਖਿਲਾਫ ਸੰਘਰਸ਼ ਜਾਰੀ ਆ ਪੰਥ ਨੇ ਹਮੇਸ਼ਾ ਹੀ ਸਨਮਾਨ ਦਿੱਤਾ ਗੁਰੂ ਨੇ ਕਿਰਪਾ ਕੀਤੀ ਸੰਗਤਾਂ ਨੇ ਸਹਿਯੋਗ ਅੱਧੀ ਦੁਨੀਆ 'ਚ ਮੈਂ 20-25 ਮੁਲਕਾਂ 'ਚ ਗਿਆ ਭਾਰਤ ਦੀਆਂ ਵੱਖ ਵੱਖ ਸਟੇਟਾਂ 'ਚ ਗਿਆ ਅੱਜ ਵੀ ਸਾਡਾ ਧਰਮ ਪ੍ਰਚਾਰ ਪੰਥਕ ਮੁੱਦਿਆਂ 'ਤੇ ਸੰਘਰਸ਼ ਅੰਮ੍ਰਿਤ ਸੰਚਾਰ ਦੀ ਲਹਿਰ ਨਸ਼ਿਆਂ ਦੇ ਖਿਲਾਫ ਸਮਾਜਿਕ ਕੁਰੀਤੀਆਂ ਦੇ ਖਿਲਾਫ ਸਾਡਾ ਸੰਘਰਸ਼ ਜਾਰੀ ਹੈ ਵੱਡੀਆਂ ਸਭਾਵਾਂ ਨੇ ਤਖ਼ਤ ਸਾਹਿਬ ਦੀਆਂ ਪਰ ਜਦੋਂ ਨਾਲ ਦੇ ਸਾਥੀ ਬੇਭਰੋਸਗੀ ਦੇ ਵਿੱਚ ਜਿਸ ਵੇਲੇ ਉਹਨਾਂ ਨੇ ਪਿਛਲੇ 2 ਸਾਲ ਹੋ ਗਏ ਆ ਬਰਗਾੜੀ ਇਨਸਾਫ ਮੋਰਚੇ ਦਾ ਡਿਸੀਜਨ ਲਿਆ ਉਸ ਵੇਲੇ ਤੋਂ ਸਾਡੇ ਵਿਚਾਰਧਾਰਕ ਮਤਭੇਦ ਹੋਏ ਉਸ ਵੇਲੇ ਤੋਂ ਅਸੀਂ 3 ਸਵਾਲ ਉਹਨਾਂ ਅੱਗੇ ਰੱਖੇ ਸੀ ਅੱਜ ਤੱਕ ਉਹਨਾਂ ਜਵਾਬ ਨਹੀਂ ਦਿੱਤਾ ਜੀ ਅਤੇ ਜਿਹੜੇ ਕਹਿੰਦੇ ਹੁੰਦੇ ਆ ਉਹਦੇ ਨੂੰ ਅਸੀਂ ਨਿਭਾ ਨਾ ਸਕੀਏ ਉਹਦੇ ਨਾਲ ਚੰਬੜੇ ਨਹੀਂ ਰਹਿਣਾ ਚਾਹੀਦਾ ਜੀ ਇਸ ਕਰਕੇ ਅਸੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਆਪਣਾ ਬੇਨਤੀ ਪੱਤਰ ਪੰਥ ਦੀ ਕਚਹਿਰੀ 'ਚ ਰੱਖ ਦਿੱਤਾ ਗੁਰੂ ਦੇ ਚਰਨਾਂ 'ਚ ਕਿ ਸਾਡੀ ਜਗ੍ਹਾ ਕਿਸੇ ਨੂੰ ਨਿਯੁਕਤ ਕਰ ਲਓ ਉਹ ਸੇਵਾ ਸਾਹਮਣੇ ਹਰਿਆਣਾ ਕਮੇਟੀ ਦੀ ਤਾਂ ਛੋਟੀ ਜਿਹੀ ਸੇਵਾ ਨਿਗੁਣੀ ਜਿਹੀ ਸੇਵਾ ਹੈ ਤਾਂ ਜੀ ਇਹ ਤਾਂ ਜਿਵੇਂ ਕੋਈ DGP SHO ਲੱਗਦੀ ਉਹ ਗੱਲ ਹੁੰਦੀ ਹੈ ਪਰ ਅਸੀਂ ਸੇਵਾਦਾਰ ਹਾਂ ਸਾਡੇ ਕੋਲ ਇਹ ਵੀ ਨਾ ਹੋਵੇ ਅਸੀਂ ਤਾਂ ਵੀ ਸੇਵਾ ਜਦੋਂ ਕੋਈ ਅਹੁਦਾ ਨਹੀਂ ਸੀ ਉਦੋਂ ਵੀ ਸੇਵਾ ਕਰਦੇ ਸੀਗੇ ਸੰਘਰਸ਼ ਕਰਦੇ ਸੀਗੇ ਉਦੋਂ ਵੀ ਲੜਾਈ ਲੜੀ ਅੱਜ ਵੀ ਲੜਾਂਗੇ ਇਹ ਪੰਥ ਦਾ ਮਾਣ ਆ ਕੌਮ ਦਾ ਮਾਣ ਆ ਜੋ ਸੰਗਤਾਂ ਨੇ ਦਿੱਤਾ ਵਾ ਇਹਨਾਂ ਨੂੰ ਨਿਭਾਉਂਦੇ ਹੋਏ ਸੇਵਾ ਜਿਹੜੀ ਆ ਉਹ ਅਸੀਂ ਕਰਾਂਗੇ ਗੁਰੂ ਦੇ ਪ੍ਰਚਾਰ ਪ੍ਰਸਾਰ ਦੀ ਸੰਗਤਾਂ ਦੇ ਸੇਵਾਦਾਰ ਬਣ ਕੇ ਚੜ੍ਹਦੀ ਕਲਾ ਨਾਲ ਨਿਭਾਉਂਦੇ ਹਾਂ ਬਿਲਕੁਲ ਦਾਦੂਵਾਲ ਸਾਹਿਬ ਨੂੰ ਅਸੀਂ ਜਾਣਦੇ ਹਾਂ ਕਿ ਬਲਾਤਕਾਰੀ ਕਾਤਲ ਰਾਮ ਰਹੀਮ ਦੀਆਂ ਜੇ ਕਹਿ ਦਈਏ ਵੀ ਛਾਲਾਂ ਚੁਕਾਉਣ ਵਾਲਿਆਂ 'ਚੋਂ ਜਥੇਬੰਦੀਆਂ ਦੇ ਮੋਢੀ ਰਹੇ ਆ ਦਾਦੂਵਾਲ ਸਾਹਿਬ ਲੱਖਾਂ ਸੰਗਤਾਂ ਨੇ ਤੁਹਾਨੂੰ ਚੁਣਿਆ ਸੀ ਮੈਂ ਫਿਰ ਉੱਥੇ ਗੱਲ ਕਰਦਾ ਦੇਸ਼ ਪੰਜਾਬ ਦੇ ਕੁਛ ਮੁੱਦੇ ਆ ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਹਾਈਲਾਈਟ ਵੀ ਨਹੀਂ ਕਰਦੀ ਚੁੱਕਦੀ ਵੀ ਨਹੀਂ ਕਈ ਵਾਰੀ ਇੱਧਰਲੇ ਪਾਸੇ ਮੁੱਦਾ ਹੁੰਦਾ ਅਤੇ ਪ੍ਰਧਾਨ ਸਾਹਿਬ ਦੂਜੇ ਪਾਸੇ ਮੂੰਹ ਕਰਕੇ ਟੱਪ ਜਾਂਦੇ ਪੁੱਛੀਦਾ ਪਿਛਲੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ ਗੋਬਿੰਦ ਸਿੰਘ ਲੌਂਗੋਵਾਲ ਨੇ ਉਹਨਾਂ ਨੂੰ ਪੁੱਛਿਆ ਵੀ ਗਿਆਨੀ ਇਕਬਾਲ ਸਿੰਘ ਨੇ ਕਿਹਾ ਵੀ ਸਿੱਖ ਜਿਹੜੇ ਆ ਉਹ ਲਵ ਕੁਛ ਦੀ ਔਲਾਦ ਆ ਇਸ ਤਰ੍ਹਾਂ ਕੁਛ ਸ਼ਬਦ ਉਹਨੇ ਵਰਤੇ ਅਤੇ ਤੁਸੀਂ ਕੀ ਕਹਿੰਦੇ ਹੋ ਉਹ ਕਹਿੰਦੇ ਛੱਡੋ ਜੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਤੁਸੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਹਰਿਆਣਾ ਕਮੇਟੀ ਹੋਵੇ ਰਾਜਸਥਾਨ ਕਮੇਟੀ ਹੋਵੇ ਦਿੱਲੀ ਕਮੇਟੀ ਹੋਵੇ ਸਾਰੀਆਂ ਸਤਿਕਾਰਯੋਗ ਆ ਸਾਰੀਆਂ ਗੁਰਦੁਆਰਾ ਦੇ ਪ੍ਰਬੰਧ ਦੇਖਦੀਆਂ ਤੁਸੀਂ ਇਕਬਾਲ ਸਿੰਘ ਦੇ ਉਸ ਬਿਆਨ ਨੂੰ ਕਿਵੇਂ ਲਏ ਜੀ ਦੇਖੋ ਪਹਿਲੀ ਗੱਲ ਤਾਂ ਇਹ ਆ ਮੁੱਦਾ ਕਦੇ ਵੀ ਹੋਵੇ ਗੱਲ ਨਹੀਂ ਹੁੰਦਾ ਕੋਈ ਪੰਜਾਬ 'ਚ ਮੁੱਦਾ ਦੁਨੀਆ ਦੇ ਕਿਤੇ ਵੀ ਹੋਏ ਅਸੀਂ ਆਪਣੇ ਵਿਭਾਗੀ ਨਾਲ ਵਿਚਾਰ ਦਿੰਦੇ ਹਾਂ ਉਹਦੇ 'ਚ ਜੋ ਰੋਲ ਅਦਾ ਕਰ ਸਕਦੇ ਹਾਂ ਅਦਾ ਕਰਦੇ ਹਾਂ ਦਿੱਲੀ 'ਚ ਇੱਕ ਸਿੱਖ ਨੂੰ ਪੁਲਿਸ ਨੇ ਮੁਖਰਜੀ ਨਗਰ ਤਸ਼ੱਦਦ ਕੀਤਾ ਉੱਥੇ ਸੰਗਤਾਂ ਨੇ ਮੋਰਚਾ ਲਾਇਆ ਸੀ ਉੱਥੇ ਪਹੁੰਚ ਗਏ ਜੀ ਮਹਾਰਾਜ ਦਾ ਸਰੂਪ ਅਗਨ ਭੇਟ UP ਸਰਦਾਰਗੰਜ ਕੋਲ ਕੀਤਾ ਅਸੀਂ ਉੱਥੇ ਪਹੁੰਚ ਗਏ ਜਿੱਥੇ ਵੀ ਕਿਤੇ ਪੰਥ ਨੂੰ ਮੁਸ਼ਕਲ ਆ ਅਸੀਂ ਸਮੇਂ 'ਚ ਸਮਾਂ ਹੁਣ ਪ੍ਰਧਾਨ ਮੈਨੂੰ ਹਰਿਆਣਾ ਕਮੇਟੀ ਦਾ ਹਰਿਆਣੇ 'ਚ ਬਣਾਇਆ ਸਰੂਪ ਨਾਭੇ ਕੋਲ ਕਲਿਆਣ ਪਟਿਆਲੇ 'ਚ ਚੋਰੀ ਹੋਇਆ ਸੀ ਅਰਦਾਸਪੁਰਾ ਸਾਹਿਬ ਤੋਂ ਅਸੀਂ ਉੱਥੇ ਜਾ ਕੇ ਮੋਰਚਾ ਲਾ ਕੇ ਉੱਥੇ ਜਿਹੜੀ ਸੀ ਕਾਰਵਾਈ ਕਰਾਈ ਆ ਜੀ 28 ਤੱਕ ਦਾ ਅਲਟੀਮੇਟ 29 ਨੂੰ ਫੇਰ ਜਾ ਰਹੇ ਹਾਂ ਉੱਥੇ ਜੀ ਸੋ ਮੁੱਦਾ ਕਿਤੇ ਵੀ ਹੋਵੇ ਜਿਹੜਾ ਪੰਥ ਨੂੰ ਦਰਪੇਸ਼ ਆ ਉੱਥੇ ਅਸੀਂ ਆਪਣਾ ਵਿਭਾਗੀ ਨਾਲ ਰੋਲ ਅਦਾ ਕਰਦੇ ਹਾਂ ਰਹੀ ਗੱਲ ਕਈ ਗੱਦੀਆਂ ਸਮਝਣ ਸਮਝਾਉਣ ਦੀਆਂ ਹੁੰਦੀਆਂ ਪਰ ਨਾ ਤਾਂ ਬੋਲਣ ਵਾਲਿਆਂ ਨੂੰ ਉਹਨਾਂ ਦੀ ਭਾਵਨਾ ਕੀ ਆ ਰੱਬ ਜਾਣ ਦਾ ਸਮਝਾਉਣੀ ਆਉਂਦੀ ਆ ਨਾ ਹੀ ਸਮਝਣ ਵਾਲਿਆਂ ਨੂੰ ਕੋਈ ਸਮਝ ਆਉਂਦੀ ਆ ਜੋ ਗਿਆਨੀ ਇਕਬਾਲ ਸਿੰਘ ਨੇ ਕਿਹਾ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਖਾਲਸਾ ਪੰਥ ਨਿਆਰਾ ਵਾ ਵੱਖਰਾ ਵਾ ਸਿੱਖ ਇੱਕ ਵੱਖਰੀ ਕੌਮ ਆ ਵੱਖਰਾ ਧਰਮ ਇਹ ਕਿਸੇ ਦਾ ਵੰਸ਼ਵਾਦ ਦਾ ਹਿੱਸਾ ਨਹੀਂ ਹੈ ਗੁਰੂ ਸਾਹਿਬ ਨੇ ਜਦੋਂ 5 ਸਿਰਾਂ ਦੀ ਭੇਟਾ ਲਈ ਸੀ 5 ਸਿਰ ਕਲਮ ਕੀਤੇ ਦੁਬਾਰਾ ਅੰਮ੍ਰਿਤ ਸ਼ਬਦ ਦੀ ਸ਼ਕਤੀ ਨਾਲ ਜੁੜੇ ਉਹਨਾਂ 'ਚੋਂ ਮਾਂ ਬਾਪ ਦੀ ਵੰਸ਼ ਕੱਢ ਦਿੱਤੀ ਸੀ ਉਹਨਾਂ ਨੂੰ ਅਕਾਲ ਪੁਰਖ ਦੀ ਫੌਜ ਖਾਲਸਾ ਅਕਾਲ ਪੁਰਖ ਦੀ ਫੌਜ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ ਨਾਮ ਖਾਲਸਾ ਵਾਸੀ ਅਨੰਦਪੁਰ ਸਾਹਿਬ ਸੋ ਇਸ ਕਾਰਨ ਕਰਕੇ ਉਹਨਾਂ 'ਚ ਵੰਸ਼ਵਾਦ ਨਹੀਂ ਹੈ
ਖਾਲਸਾ ਪੰਥ ਗੁਰੂ ਨਾਨਕ ਸਾਹਿਬ ਨੇ ਜਦੋਂ ਜਨੇਊ ਪਹਿਨਣ ਤੋਂ ਨਾਂਹ ਕਰ ਦਿੱਤੀ ਸੀ ਅਤੇ ਆਪਣਾ ਵੱਖਰਾਪਣ ਜਿਹੜਾ ਸੀ ਗੁਰੂ ਸਾਹਿਬ ਨੇ ਦੱਸ ਦਿੱਤਾ, ਸਿੱਖ ਇੱਕ ਵੱਖਰੀ ਕੌਮ ਆ, ਵੱਖਰਾ ਧਰਮ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਕੋਈ ਹਿੰਦੂ ਆ, ਮੁਸਲਮਾਨ ਹੈ, ਈਸਾਈ, ਬੋਧੀ, ਜੈਨੀ ਹੈ, ਪਰ ਅਸੀਂ ਆਪਣੇ ਧਰਮ 'ਚ ਪਰਿਪੱਕ ਹੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ। ਖਾਲਸਾ ਕਿਸੇ ਦਾ ਹਿੱਸਾ ਨਹੀਂ ਹੈ। ਬਾਕੀ ਬੰਸਾਵਲੀਆਂ ਕਿਤੇ ਉਹਨਾਂ ਕਿਤੋਂ ਤਾਂ ਚੱਲੀਆਂ ਹੀ ਹੁੰਦੀਆਂ। ਹੁਣ ਸਾਇੰਸ ਕਹਿੰਦੀ, ਜੇ ਸਾਇੰਸ ਨੂੰ ਮੰਨੋ, ਕਹਿੰਦੇ ਬਾਂਦਰ ਤੋਂ ਬੰਦਾ ਬਣਿਆ, ਸਾਰੇ ਬਾਂਦਰ ਤੋਂ ਬੰਦੇ ਬਣੇ ਆ। ਜੇ ਵੰਸ਼ਾਂ ਤਾਂ ਕਿਤੇ ਉਹਨਾਂ ਕਿਤੋਂ ਚੱਲਦੀਆਂ, ਪਰ ਖਾਲਸਾ ਪੰਥ ਦਾ ਵੰਸ਼ਵਾਦ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਸ ਕਰਕੇ ਬੋਲਣ ਵਾਲਿਆਂ ਨੂੰ ਸੋਚਣਾ ਚਾਹੀਦਾ। ਨਰਿੰਦਰ ਮੋਦੀ ਨੇ ਕਿਹਾ ਵੀ ਰਾਮਾ ਅਵਤਾਰ ਗੁਰੂ ਗੋਬਿੰਦ ਸਿੰਘ ਨੇ ਖੁਦ ਲਿਖੀ, ਰਮਾਇਣ ਲਿਖੀ ਹੈ। ਦੇਖੋ, ਜਦੋਂ ਅਸੀਂ ਸ਼੍ਰੀ ਦਸਮ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਹਾਂ, ਮੰਨਦੇ ਹਾਂ, ਜਿੰਨੇ ਮਹਾਂਪੁਰਸ਼ ਵਿਦਵਾਨ ਹੋਏ, ਜਿਹਨਾਂ ਕੌਮ ਦੀ ਲੜਾਈ ਲੜੀ ਆ, 20ਵੀਂ ਸਦੀ ਦੇ ਮਹਾਨ ਸਿੱਖ ਸਨ ਜਰਨੈਲ ਸਿੰਘ ਜੀ ਨੇ, ਉਹ ਦਸਮ ਗ੍ਰੰਥ ਸਾਹਿਬ ਦੀ ਕਥਾ ਵੀ ਕਰਦੇ ਸੀਗੇ। ਤਾਂ ਦਸਮ ਗ੍ਰੰਥ ਵਿੱਚ 24 ਅਵਤਾਰਾਂ ਦੀ ਕਥਾ ਦਾ ਜ਼ਿਕਰ ਆਉਂਦਾ। ਗੁਰੂ ਸਾਹਿਬ ਨੇ ਉਸ ਵੇਲੇ ਜਿਹੜੇ 24 ਅਵਤਾਰਾਂ ਦੀ ਕਥਾ ਬ੍ਰਿਜ ਭਾਸ਼ਾ ਜਾਂ ਸੰਸਕ੍ਰਿਤ ਭਾਸ਼ਾ ਔਖੀਆਂ ਭਾਸ਼ਾਵਾਂ 'ਚ ਸੀ, ਤਾਂ ਗੁਰੂ ਸਾਹਿਬ ਨੇ ਦੁਨੀਆ ਨੂੰ ਗਿਆਨ ਦੇਣ ਲਈ, ਸਿੱਖਾਂ ਨੂੰ ਗਿਆਨ ਦੇਣ ਲਈ ਵੀ ਅਵਤਾਰਾਂ ਦੇ ਆਹ ਕੁਛ ਹੋਇਆ, ਉਹਨੂੰ ਭਾਸ਼ਾ 'ਚ ਸੁਖੈਣ ਭਾਸ਼ਾ 'ਚ ਲੱਥਾ ਕੀਤਾ ਸੀਗਾ। ਤਾਂ ਹੀ ਉਹਨੂੰ ਗੁਰਿਆਈ ਨਹੀਂ ਦਿੱਤੀ ਗੁਰੂ ਸਾਹਿਬ ਨੇ, ਨਾ ਗੁਰੂ ਗ੍ਰੰਥ ਸਾਹਿਬ 'ਚ ਉਹਨੂੰ ਅੰਕਿਤ ਕੀਤਾ। ਉਹ ਇੱਕ ਇਤਿਹਾਸ ਸੀਗਾ, ਕਹਾਣੀਆਂ ਸੀਗੀਆਂ, ਜੋ ਜਾਂ ਮਿਥਿਹਾਸ ਕਹਿ ਲਓ, ਜੋ ਪ੍ਰਚਲਿਤ ਸੀ, ਗੁਰੂ ਸਾਹਿਬ ਨੇ ਉਹਦਾ ਲੱਥਾ ਕੀਤਾ, ਆਪਣਾ ਪੱਖ ਸਪਸ਼ਟ ਕਰ ਦਿੱਤਾ ਕਿ ਦਸਮ ਕਥਾ ਭਗਵਤ ਕੀ ਭਾਖਾ ਕਰੀ ਬਣਾਏ, ਅਵਰ ਵਾਸ਼ਨਾ ਨਾਹੇ ਪ੍ਰਭ ਧਰਮ ਯੁੱਗ ਕਹਿ ਚਾਹੇ। ਮੇਰੀ ਹੋਰ ਕੋਈ ਵਾਸ਼ਨਾ ਨਹੀਂ ਹੈ, ਮੇਰੀ ਹੋਰ ਕੋਈ ਆਸਥਾ ਨਹੀਂ ਹੈ, ਮੇਰਾ ਤਾਂ ਆਦਮ ਅਤੇ ਇੱਕ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ, ਮੇਰਾ ਤਾਂ ਉਹ ਪਰਮਾਤਮਾ ਹੀ ਗੁਰੂ ਆ ਜਿਹੜਾ ਆਦਮ ਅਤੇ ਇੱਕ ਅਵਤਾਰਾ। ਮੈਂ ਨਾ ਗਣੇਸ਼ਾ ਪ੍ਰਥਮ ਬਣਾਊਂ, ਕਿਸਨ ਬਿਸਨ ਕਬੂ ਨਾ ਧਿਆਉਂ, ਕਾਨ ਸੁਣੇ ਪਹਿਚਾਨ ਨਾ 300 ਲਿਓ ਲਾਗੀ ਮੋਰੀ ਭਾਗੇ ਸੋ। ਜਿਨ੍ਹਾਂ ਦੇ ਦੇਵੀ ਦੇਵਤੇ ਆ, ਪੀਰ ਪੈਗੰਬਰ, ਉਹਨਾਂ ਨੂੰ ਮੁਬਾਰਕ, ਅਸੀਂ ਮਾੜਾ ਵੀ ਨਹੀਂ ਕਹਿਣਾ, ਸਤਿਕਾਰਯੋਗ ਆ ਉਹਨਾਂ ਦੇ, ਪਰ ਆਪਣਾ ਪੱਖ ਸਪਸ਼ਟ ਕੀਤਾ। ਪਾਏ ਗਹੇ ਜਪਦੇ ਤੁਮਰੇ ਤਪਦੇ ਤੂੰ ਆਖ ਤਰੇ ਨਹੀਂ ਆਨੇ ਹੋ, ਰਾਮ ਰਹੀਮ ਕੁਰਾਨ ਕੁਰਾਨ, ਨੇਕ ਅਹਿਮ ਅਤੇ ਏਕ ਨਾ ਮਾਨਿਓ, ਸਿਮਰਤ ਸਾਤਰ ਬੇਸਬੈ ਬਭੇਦ ਕਹਿਮ, ਏਕ ਨਾ ਜਾਣਿਓ, ਸ਼੍ਰੀ ਅਸਮਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਵਖਾਨੇ। ਗੁਰੂ ਸਾਹਿਬ ਨੇ ਆਪਣਾ ਪੱਖ ਸਪਸ਼ਟ ਕਰ ਦਿੱਤਾ। ਗੁਰੂ ਸਾਹਿਬ ਕਿਸੇ ਦੇਵੀ ਦੇਵਤੇ ਦੇ ਉਪਾਸ਼ਕ ਨਹੀਂ ਹੈ। ਸਤਿਗੁਰ ਨੇ ਜੇ ਕਿਹਾ ਦੇਹ ਸ਼ਿਵਾ ਬਰ ਮੋਹੇ, ਉੱਥੇ ਸ਼ਿਵਾ ਸ਼੍ਰੀ ਸ਼ਿਵਜੀ ਭਗਵਾਨ ਦਾ ਵਾਚਕ ਨਹੀਂ ਹੈ, ਉੱਥੇ ਸ਼ਿਵ ਦਾ ਅਰਥ ਹੈ ਕਲਿਆਣ ਸਰੂਪ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ। ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਮੈਨੂੰ ਇਹ ਵਰ ਦੇ ਕਿ ਸ਼ੁਭ ਕਰਮਣ ਤੋਂ ਕਬੂ ਨਾ ਡਰ, ਸ਼ੁਭ ਕਰਮਾਂ ਤੋਂ ਮੈਂ ਕਦੇ ਪਿਛਾਂ ਨਾ ਹਟਾਂ, ਨਾ ਡਰੋਂ ਅਰਸੋਂ ਜਬ ਜਾਇ ਲਰੋਂ, ਨਿਸ਼ਚੈ ਕਰ ਆਪਣੀ ਜੀਤ ਕਰੋ। ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਦੇ ਪੁਜਾਰੀ ਆ, ਖਾਲਸਾ ਅਕਾਲ ਪੁਰਖ ਦਾ ਪੁਜਾਰੀ ਆ। ਖਾਲਸਾ ਇੱਕ ਵੱਖਰੀ ਕੌਮ, ਵੱਖਰਾ ਧਰਮ ਹੈ ਸੰਸਾਰ 'ਤੇ। ਰਲਗੱਡ ਕਰਨ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ, ਅਤੇ ਜਿੱਥੋਂ ਤੱਕ ਪ੍ਰਧਾਨ ਮੰਤਰੀ ਜੀ ਨੇ ਕਿਹਾ ਉਸ ਗੱਲ ਨੂੰ ਵੀ ਸਮਝਣਾ ਚਾਹੀਦਾ। ਬਿਲਕੁਲ ਰਾਮਾ ਬੜੀ ਵੱਡੀ ਗੱਲ ਭਾਈ ਸਾਹਿਬ ਜੀ, ਕਿਉਂਕਿ ਪ੍ਰਧਾਨ ਮੰਤਰੀ, ਇੱਕ ਮੁਲਕ ਦਾ ਪ੍ਰਧਾਨ ਮੰਤਰੀ ਜਿਹਦੀ ਬਹੁਤ ਕਰੋੜੀ ਗਿਣਤੀ ਆ, ਉਹਦੇ ਵੱਲੋਂ ਬਿਆਨ ਦੇਣਾ ਵੀ ਗੁਰੂ ਗੋਬਿੰਦ ਸਿੰਘ ਨੇ ਰਮਾਇਣ ਲਿਖੀ ਹੈ, ਸਿੱਖ ਪੰਥ ਦੀਆਂ ਪਰੰਪਰਾਵਾਂ, ਸਿੱਖ ਪੰਥ ਦੀਆਂ ਰੋਹ ਰੀਤਾਂ, ਇੱਕ ਸਿੱਖ ਦਾ ਜੀਵਨ ਜਿਹੜਾ ਉਹ ਇੱਕ ਹਿੰਦੂ ਦੇ ਜੀਵਨ ਦੇ ਨਾਲੋਂ ਹਜ਼ਾਰਾਂ ਗੁਣਾ ਵੱਖਰਾ। ਸਿੱਖ ਬੁੱਤ ਪੂਜਕ ਨਹੀਂ ਗਾ, ਸਿੱਖ ਜਿਹੜਾ ਤਿਲਕ ਨਹੀਂ ਲਾਉਂਦਾ, ਜਨੇਊ ਨਹੀਂ ਪਾਉਂਦਾ, ਸਿੱਖ ਪਰਮਾਤਮਾ ਅਕਾਲ ਪੁਰਖ ਨੂੰ ਪੂਜਦਾ। ਪਰ ਮੋਦੀ ਵੱਲੋਂ, ਨਰਿੰਦਰ ਮੋਦੀ, ਕੋਈ ਉਹ ਬੱਚਾ ਨਹੀਂ ਗਾ, ਕੋਈ ਕਮਲਾ ਨਹੀਂ ਗਾ, ਕੋਈ ਅਨਪੜ੍ਹ ਨਹੀਂ ਗਾ, ਐਡੇ ਬਹੁਤ ਕਰੋੜੀ ਮੁਲਕ ਦਾ ਮਾਲਕ ਆ, ਉਹਦੇ ਵੱਲੋਂ ਇਹ ਸਟੇਟਮੈਂਟ ਦੇਣੀ ਕੀ ਲੱਗਦਾ ਕੋਈ ਸ਼ਰਾਰਤ ਆ, ਜਾਂ ਜਿਹੜਾ ਸਿੱਖ ਇੱਕ ਵੱਖਰੀ ਕੌਮ ਦੀ ਗੱਲ ਸੰਤ ਜਰਨੈਲ ਸਿੰਘ ਜੀ ਕਰਦੇ ਸੀ, ਔਰ ਸੱਚੇ ਪਾਤਸ਼ਾਹ ਨੇ ਕਿਹਾ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਈ ਦਿਓ ਮੈਂ ਸਾਰਾ, ਇਹ ਖਾਲਸੇ ਦੇ ਨਿਆਰੇਪਣ 'ਤੇ ਇੱਕ ਹਮਲਾ ਨਹੀਂ ਆ? ਨਹੀਂ, ਮੈਂ ਤਾਂ ਕਹਿ ਰਿਹਾ ਕਿ ਸ਼੍ਰੀ ਨਰਿੰਦਰ ਮੋਦੀ ਜੀ ਨੇ ਤਾਂ ਸ਼੍ਰੀ ਦਸਮ ਗ੍ਰੰਥ ਸਾਹਿਬ 'ਚ ਕਿਹਾ, ਜਦੋਂ ਸ਼੍ਰੀ ਦਸਮ ਗ੍ਰੰਥ ਸਾਹਿਬ 'ਚ ਲਿਖਿਆ ਤਾਂ ਉਹਨਾਂ ਨੇ ਕਿਹਾ ਜੇ ਰਾਮਾ ਅਵਤਾਰ ਲਿਖਿਆ ਹੋਇਆ ਦਸਮ ਗ੍ਰੰਥ ਸਾਹਿਬ, ਤਾਂ ਮੋਦੀ ਜੀ ਨੇ ਕਿਹਾ ਜੀ ਰਮਾਇਣ ਹੀ ਰਾਮ ਚੰਦਰ ਦਾ ਜੀਵਨ ਹੀ ਆ, ਪਰ ਉਹਨੂੰ ਇੱਕ ਭਗਵਾਨ ਦੇ ਰੂਪ ਚ ਨਹੀਂ ਦਿਖਾਇਆ ਗਿਆ, ਇੱਕ ਠੀਕ ਹੈ ਉਸ ਵਕਤ ਸਤਯੁਗ ਦੇ ਵਿੱਚ ਰਾਮ ਅਵਤਾਰ ਭਗਵਾਨ ਦੇ ਰੂਪ ਚ ਦਿਖਾਇਆ, ਦੂਜੇ ਗ੍ਰੰਥਾਂ ਚ ਲਿਖਿਆ ਸੀ ਉਹਦਾ ਲੱਥਾ ਹੀ ਆ ਜੀ ਜੀ। ਗੁਰੂ ਸਾਹਿਬ ਨੇ ਆਪਣਾ ਨਹੀਂ ਉਹਦੇ 'ਚ ਕੁਛ ਦਿੱਤਾ, ਆਪਣਾ ਪੱਖ ਤਾਂ ਅਖੀਰ 'ਤੇ ਸਪਸ਼ਟ ਕੀਤਾ ਕਿ ਮੈਂ ਤਾਂ ਉਹਦਾ ਉਲੱਥਾ ਕੀਤਾ ਵਾ। ਇਸ ਗੱਲ ਨੂੰ ਸਮਝਣਾ ਚਾਹੀਦਾ ਵਾ, ਸਾਡੇ 100 ਵਿਚਾਰਕ ਮਤਭੇਦ ਪ੍ਰਧਾਨ ਮੰਤਰੀ ਨਾਲ ਹੋ ਸਕਦੇ ਆ, ਗਿਆਨੀ ਇਕਬਾਲ ਸਿੰਘ ਨਾਲ ਹੋ ਸਕਦੇ ਆ, ਪਰ ਜਿਹੜੀ ਗੱਲ ਸਾਡੇ ਇਤਿਹਾਸਕ ਗ੍ਰੰਥਾਂ ਦੇ ਵਿੱਚੋਂ ਜਾਂ ਧਰਮ ਦੇ ਸਰੋਤਾਂ ਵਿੱਚੋਂ ਆ, ਅਸੀਂ ਉਹਨੂੰ ਕਿਵੇਂ ਅੱਖਾਂ ਫੇਰ ਸਕਦੇ ਜੀ? ਇਸ ਕਰਕੇ ਜੇ ਸਾਡੇ ਨਾਲ ਕਿਸੇ ਨਾਲ ਨਿੱਜੀ ਵਿਚਾਰਧਾਰਕ ਵਖਰੇਵੇਂ ਆ ਜਾਂ ਪੋਲੀਟੀਕਲ ਵਖਰੇਵੇਂ ਆ ਜਾਂ ਧਾਰਮਿਕ ਵਖਰੇਵੇਂ ਆ, ਤਾਂ ਇਹਦਾ ਮਤਲਬ ਇਹ ਨਹੀਂ ਅਸੀਂ ਹਰ ਗੱਲ ਨੂੰ ਕੰਡੈਮ ਕਰੀਏ।
ਸ੍ਰੀ ਦਸਮ ਗ੍ਰੰਥ ਸਾਹਿਬ 'ਚ ਰਾਮ ਅਵਤਾਰ ਦੀ ਗੱਲ ਹੋਈ ਆ ਅਤੇ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਕਿ ਕੋਈ ਐਸੀ ਗੱਲ ਨਹੀਂ ਹੈ, ਪਰ ਸਿੱਖ ਧਰਮ ਨੂੰ ਇਹ ਕਹਿਣਾ ਕਿ ਰਲਗੱਡ ਕਰਨੀ ਇਹ ਚਿੰਤਾਜਨਕ ਆ, ਇਹਨੂੰ ਅਸੀਂ ਨਹੀਂ ਮੰਨਦੇ। ਜਿਵੇਂ ਆਰਟੀਕਲ 25 ਆ, ਧਾਰਾ 25 ਜਿਹੜੀ ਆ, ਉਹ ਸਿੱਖ ਧਰਮ ਨੂੰ ਵੱਖਰੇ ਹੋਣ ਦਾ ਹੱਕ ਨਹੀਂ ਦਿੰਦੀ, ਅਸੀਂ ਉਸ ਚੀਜ਼ ਦੇ ਖਿਲਾਫ਼ ਹਾਂ। ਸਿੱਖ ਇੱਕ ਵੱਖਰਾ ਧਰਮ, ਵੱਖਰੀ ਕੌਮ ਆ, ਇਹਨੂੰ ਸਮਝਣਾ ਚਾਹੀਦਾ ਹਰ ਗੱਲ ਨੂੰ। ਜਿੱਥੋਂ ਤੱਕ ਸਮਝਣ ਸਮਝਾਉਣ ਦੀ ਗੱਲ ਆ, ਮੈਂ ਸਮਝਦਾ ਅਸੀਂ ਪੜ੍ਹਨ ਪੜ੍ਹਾਉਣ ਤੋਂ ਦੂਰ ਚਲੇ ਗਏ ਹਾਂ, ਸਮਝਣ ਸਮਝਾਉਣ ਤੋਂ ਦੂਰ ਚਲੇ ਗਏ ਹਾਂ। ਸਾਰਾ ਕੁਝ ਪੋਲੀਟੀਕਲ ਜਿਹੜਾ ਹੈਗਾ ਉਹ ਪ੍ਰਭਾਵ ਬਣ ਰਿਹਾ, ਤਾਂ ਕਰਕੇ ਇਹੋ ਜਿਹੀਆਂ ਗੱਲਾਂ ਸਾਡੇ ਸਾਹਮਣੇ ਆ ਰਹੀਆਂ ਨੇ। ਪਰ ਸਾਨੂੰ ਸਾਰਿਆਂ ਨੂੰ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ, ਆਪੋ ਆਪਣੇ ਧਰਮ ਦੀ ਪਰਪੱਕਤਾ, ਦੂਜੇ ਧਰਮਾਂ ਦਾ ਸਤਿਕਾਰ, ਕਿਸੇ ਦੇ ਧਰਮ 'ਚ ਸਾਨੂੰ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ। ਸਮਾਜ ਨੂੰ, ਮਨੁੱਖਤਾ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਣਾ ਚਾਹੀਦਾ, ਆਪੋ ਆਪਣੀ ਆਸਥਾ ਨੂੰ ਪਰਪੱਕ ਕਰਨਾ ਚਾਹੀਦਾ, ਦੂਜੇ ਨੂੰ ਦੀ ਆਸਥਾ ਨੂੰ ਡੈਮੇਜ ਕਰਨਾ, ਨਾ ਪ੍ਰਧਾਨ ਮੰਤਰੀ ਨੂੰ, ਨਾ ਗਿਆਨੀ ਇਕਬਾਲ ਸਿੰਘ ਨੂੰ, ਨਾ ਮੈਨੂੰ, ਨਾ ਕਿਸੇ ਹੋਰ ਨੂੰ, ਕਿਸੇ ਨੂੰ ਕੋਈ ਪਤਾ ਨਹੀਂ। ਜਿੱਦਾਂ ਜੀ ਇੱਕ ਨਾ ਜਦੋਂ ਦਾ ਨਰਿੰਦਰ ਮੋਦੀ ਨੇ ਜਾਂ ਰਾਮ ਮੰਦਿਰ ਦਾ ਜਿਹੜਾ ਬਾਬਰੀ ਮਸਜਿਦ ਦਾ ਮਸਲਾ ਉੱਠਿਆ, ਨਾਲ ਹੀ ਸੋਸ਼ਲ ਮੀਡੀਆ 'ਤੇ ਇੱਕ ਕੁਛ ਫੇਕ ਅਕਾਊਂਟ ਆ ਜਾਂ ਕੁਛ ਵੀ ਤਰ੍ਹਾਂ ਦੇ ਕੱਟੜਵਾਦੀ ਹੈ ਅਕਾਊਂਟ ਹੈਗੇ ਆ, ਉਹ ਕਹਿੰਦੇ ਕਹਿੰਦੇ ਵੀ ਜਿਹੜਾ ਹਰਿਮੰਦਰ ਸਾਹਿਬ ਆ ਅਸੀਂ ਤਾਂ ਇੱਥੇ ਮੂਰਤੀਆਂ ਲਵਾਂਗੇ, ਕੁਛ ਫੇਕ ਪੇਜਾਂ 'ਤੇ ਇਸ ਤਰ੍ਹਾਂ ਦੀਆਂ ਫੋਟੋਆਂ ਵੀ ਆਈਆਂ, ਤਾਂ ਉਹਨੂੰ ਦੇਖ ਕੇ ਬੜਾ ਮਨ ਦੁਖਦਾ। ਤੁਹਾਨੂੰ ਲੱਗਦਾ ਵੀ ਕੋਈ ਸ਼ਰਾਰਤੀ ਅਨਸਰ ਆ ਸਰਕਾਰ ਨੂੰ ਜਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ, ਜਾਂ ਤੁਸੀਂ ਬੇਸ਼ੱਕ ਅੱਜ ਅਸਤੀਫਾ ਜਿਹੜਾ ਸੇਵਾ ਮੁਕਤ ਹੋ ਗਏ ਹੋ, ਮੰਡ ਸਾਹਿਬ ਆ, ਮਤਲਬ ਜਦੋਂ ਕੋਈ ਸਿੱਖ ਪੰਥ ਦੇ ਵਿੱਚ ਦੁਬਧਾ ਹੁੰਦੀ ਤਾਂ ਜਥੇਦਾਰ ਜਿਹੜੇ ਸਾਹਿਬਾਨ ਨੇ ਉਹ ਅਗਵਾਈ ਕਰਦੇ ਆ। ਬਲਾਤਕਾਰੀ ਸੌਦਾ ਸਾਧ ਨੇ ਗੁਰੂ ਸਾਹਿਬ ਦਾ ਸਵਾਂਗ ਰਚਣ ਦੀ ਕੋਸ਼ਿਸ਼ ਕੀਤੀ, ਉਹਦੇ ਖਿਲਾਫ਼ ਹੁਕਮਨਾਮਾ ਹੋਇਆ, ਤਾਂ ਨੂਰਮੇਲੀਆਂ ਨੇ ਕੀਤੀ ਉਹਦੇ ਖਿਲਾਫ਼ ਹੋਇਆ, ਭੰਡਿਆਰੇ ਵਾਲੇ ਨੂੰ ਹੋਇਆ, ਜਿਹੜਾ ਨੇਕੀ ਨੂੰ ਛੇਕਿਆ ਗਿਆ, ਢੱਡਰੀਆਂ ਵਾਲੇ ਨੂੰ ਵੀ ਇੱਥੇ ਸੱਦਿਆ ਗਿਆ। ਤਾਂ ਇਸ ਮਸਲੇ ਦੇ ਉੱਤੇ ਜਿਹੜਾ ਜਥੇਦਾਰ ਸਾਹਿਬਾਨ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਵੀ ਜਿਹੜਾ ਕੁਛ ਅੱਗ ਲਾਊ ਬੰਦੇ ਆ ਜਾਂ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਭੜਕਾ ਰਹੇ ਆ। ਬਿਲਕੁਲ, ਇਹਦੇ 'ਤੇ ਕਾਬੂ ਸੋਸ਼ਲ ਮੀਡੀਆ 'ਤੇ ਹੋਣਾ ਚਾਹੀਦਾ ਵਾ। ਬਾਕੀ ਰਹੀ ਗੱਲ ਜਥੇਦਾਰ ਲੀਡ ਕਰਦੇ, ਮੈਂ ਤਾਂ ਜਦੋਂ ਜਥੇਦਾਰ ਨਹੀਂ ਵੀ ਸੀ ਮੈਨੂੰ ਕਿਸੇ ਨੇ ਲਾਇਆ, ਮੈਂ ਬਤੌਰ ਸਿੱਖ ਵੀ ਲੀਡ ਕਰਦਾ ਰਿਹਾ। ਸਰਸੇ ਵਾਲੇ ਨਾਲ ਲੜਾਈ ਮੈਂ ਹੀ ਆਰੰਭੀ ਸੀਗੀ ਗੁਰੂ ਦੀ ਕਿਰਪਾ ਨਾਲ, 1.25 ਲੱਖ ਨੇ ਲੜੀ, ਸਾਰੀ ਕੌਮ ਤਾਂ 2007 ਦੇ ਵਿੱਚ ਆਈ ਆ, ਮੈਂ ਤਾਂ 1997 ਤੋਂ ਲੱਗਾ ਹੋਇਆ, 10 ਸਾਲ ਪਹਿਲਾਂ ਤੋਂ, ਅਤੇ 20 ਸਾਲ ਲੜੀ, 20 ਸਾਲਾਂ ਵੀ ਅੰਦਰ ਉਹਨੂੰ ਧੱਕਿਆ, ਮੁੜ ਕੇ ਉਮਰ ਕੈਦ ਹੋਈ, ਬਾਕੀ ਕੇਸ ਪੈਂਡਿੰਗ ਆ ਅਜੇ, ਬਰਗਾੜੀ ਬੇਅਦਬੀ ਕਾਂਡ 'ਚ ਵੀ ਨਾਮਜ਼ਦ ਹੋ ਗਿਆ। ਬਾਕੀ ਇਹੋ ਜਿਹੀਆਂ ਜਿਹੜੀਆਂ ਗੱਲਾਂ ਭੜਕਾਊ ਨੇ, ਇਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਦਰਬਾਰ ਸਾਹਿਬ ਗੁਰੂ ਰਾਮਦਾਸ ਦਾ ਦਰ ਆ, ਸੰਗਤਾਂ ਸ਼ਰਧਾ ਨਾਲ ਕੋਈ ਆਉਣ ਇੱਥੇ, ਰਹੀ ਗੱਲ ਮੂਰਤੀਆਂ ਲਾਉਣ ਦੀ, ਇਹ ਤਾਂ ਜਿੱਦਾਂ ਲਾਉਣ ਆਉਣਗੇ ਉੱਦਾਂ ਦੇਖ ਲਵਾਂਗੇ, ਕੋਈ ਗੱਲ ਨਹੀਂ, ਕੋਈ ਇਹੋ ਜਿਹੀਆਂ ਗੱਲਾਂ ਨਹੀਂ ਆ, ਇਹ ਤਾਂ ਸਾਰੀਆਂ ਐਵੇਂ ਭੜਕਾਟ ਦੀਆਂ ਗੱਲਾਂ ਹੁੰਦੀਆਂ, ਇਹਦੇ ਤੋਂ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣਾ ਚਾਹੀਦਾ। ਜੀ ਤੁਸੀਂ ਹਰਿਆਣੇ ਦੀ ਕਮਾਨ ਸੰਭਾਲੀ ਆ, ਹਰਿਆਣੇ 'ਚ ਵੀ ਸਾਡੇ ਭਰਾ ਬੈਠੇ ਆ, ਬੇਸ਼ੱਕ ਉਹ ਪੰਜਾਬ ਨੂੰ ਹੀ ਵੰਡ ਕੇ ਉੱਧਰ ਕਰ ਦਿੱਤਾ, ਪੰਜਾਬ ਦਾ ਹੀ ਇਲਾਕਾ ਆ, ਤਾਂ ਲੱਗਦਾ ਵੀ ਉਹ ਕਮਾਨ ਸੰਭਾਲਣ ਦੇ ਨਾਲ ਪੰਜਾਬ ਦੀ ਸਿਆਸਤ 'ਤੇ ਕੋਈ ਵੱਡਾ ਅਸਰ ਪੈਣ ਵਾਲਾ ਆਉਣ ਵਾਲੇ ਸਮੇਂ ਦੇ, ਕਿਉਂਕਿ ਇਹ ਆਮ ਚਰਚਾ ਜਿਹੜੀ ਚੱਲ ਪਈ ਆ? ਦੇਖੋ ਸਾਰੇ ਪਾਸੇ ਹੀ ਅਸਰ ਪੈਣਾ ਵਾ, ਹਰਿਆਣਾ ਜਿਹੜਾ ਫਤਿਹ ਹੋਇਆ ਵਾ, ਦਿੱਲੀ ਫਤਿਹ ਹੋਣੀ ਆ, ਪੰਜਾਬ ਫਤਿਹ ਹੋਣਾ, ਸਿਆਸੀ ਗਲਬੇ ਤੋਂ ਮੁਕਤ ਕਰਨੀਆਂ ਸੀ, ਧਾਰਮਿਕ ਸੰਸਥਾਵਾਂ ਸਾਰਿਆਂ ਨੂੰ ਇਕੱਠੇ ਕਰਨਾ ਜਿਹੜੇ ਪੰਥ ਦਾ ਦਰਦ ਰੱਖਦੇ ਆ, ਅਸੀਂ ਸਾਰੀਆਂ ਇਹ ਸੇਵਾਵਾਂ ਜਿਹੜੀਆਂ ਚੜ੍ਹਦੀ ਕਲਾ ਦੇ ਨਾਲ ਕਰਨੀਆਂ ਨੇ, ਸੰਗਤਾਂ ਦੇ ਸਹਿਯੋਗ ਦੇ ਨਾਲ, ਸਾਡਾ ਨਿੱਜੀ ਕਿਸੇ ਨਾਲ ਵਿਰੋਧ ਨਹੀਂ ਆ, ਜੇ ਕੁਝ ਚੰਗਾ ਨਹੀਂ ਹੋ ਰਿਹਾ ਤਾਂ ਸੰਗਤਾਂ 'ਚ ਨਾਰਾਜ਼ਤਾ ਵਾ, ਅਸੀਂ ਚੰਗਾ ਕਰਨਾ ਚਾਹੁੰਦੇ ਹਾਂ, ਸਾਰਿਆਂ ਨੂੰ ਨਾਲ ਲੈ ਕੇ ਪੰਥ ਦੇ ਖਾਲਸੇ ਦੇ ਬੋਲ ਵਾਲੇ ਕਰਨਾ ਚਾਹੁੰਦੇ, ਉਹਦੇ 'ਚ ਸਭ ਦਾ ਸਹਿਯੋਗ ਮੰਗਦੇ ਹਾਂ, ਸਭ ਨੂੰ ਦੇਵਾਂਗੇ, ਸਿਆਸੀ ਗਲਬਾ ਜਿਹੜਾ ਹੈਗਾ ਲਾਵਾਂਗੇ, ਜਿਹੜੇ ਕਦੇ ਮਾਫ਼ੀਨਾਮੇ ਜਾਰੀ ਕਰ ਦਿੰਦੇ ਆ, ਕਦੇ ਹੁਕਮਨਾਮੇ ਜਾਰੀ, ਕਦੇ ਵਾਪਸ, ਅਤੇ ਕਦੇ 90-95 ਲੱਖ ਦੇ ਇਸ਼ਤਿਹਾਰ, ਕਦੇ ਘੁਟਾਲੇ, ਸਬਜ਼ੀ ਘੁਟਾਲਾ, ਦਾਲ ਘੁਟਾਲਾ, ਸਰੂਪੇ ਘੁਟਾਲਾ, 267 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਗੁੰਮ ਹੋਣ ਦਾ ਘੁਟਾਲਾ, ਹੁਣ ਕਹਿੰਦੇ 328 ਹੋ ਗਏ ਆ, ਪਤਾ ਹੀ ਨਹੀਂ ਕਿੰਨਾ ਕੁਛ ਜਿਹੜਾ ਸੀ। ਇਹੋ ਜਿਹੀ ਚੀਜ਼ ਤੋਂ, ਨਰੈਣੂ ਮਹੰਤ ਮਲਕ ਭਾਗੋ ਦੇ ਵਾਰਸਾਂ ਤੋਂ ਇਹ ਪ੍ਰਬੰਧ ਖੋਹ ਕੇ, ਅਤੇ ਭਾਈ ਲਾਲੋ ਦੇ ਵਾਰਸਾਂ ਦੇ ਹੱਥ ਸੇਵਾ ਸੰਭਾਲ ਦੇਣੀ ਚਾਹੁੰਦੇ, ਅਸੀਂ ਕਬਜ਼ੇ ਤੜਾਉਣਾ ਚਾਹੁੰਦੇ ਹਾਂ ਜਿਹੜੇ ਕਬਜ਼ੇ ਕੀਤੇ। ਤਾਂ ਹੀ ਅੱਜ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਵੀ ਕੀਤੀ ਆ ਕਿ ਉਹ ਸੁਪਰੀਮ ਕੋਰਟ 'ਚੋਂ ਕੇਸ ਆਪਣਾ ਵਾਪਸ ਲੈਣ, ਹਰਿਆਣੇ ਦੇ ਸਿੱਖਾਂ ਨੂੰ ਹੱਕ ਆ ਕਿ ਉਹ ਆਪਣੇ ਗੁਰਦੁਆਰੇ ਸਾਰਿਆਂ ਦੀ ਸੇਵਾ ਸੰਭਾਲ ਕਰਨ। ਹਰਿਆਣਾ ਸਰਕਾਰ ਨੇ ਕਮੇਟੀ ਬਣਾਈ ਹੈ, ਉਹ ਆਪਣੀ ਸੇਵਾ ਸੰਭਾਲ ਕਰਨ, ਅਤੇ ਇਹਨਾਂ ਨੂੰ ਇੱਧਰੋਂ ਵੀ ਖਿਆਲ ਰੱਖਣ, ਜਾਂ ਤਾਂ ਇਹ ਚੰਗੇ ਤਰੀਕੇ ਨਾਲ ਕੰਮ ਕਰਨ ਲੱਗ ਜਾਣ, ਪੰਥ ਦੇ ਭਲੇ ਦਾ, ਗੁਰਧਾਮਾਂ ਦੀ ਸੇਵਾ ਸੰਭਾਲ ਚੰਗੇ ਤਰੀਕੇ ਨਾਲ, ਜੇਕਰ ਨਹੀਂ ਤਾਂ ਫਿਰ ਇਹ ਤਿਆਰ ਰਹਿਣ, ਪੰਥ ਹੁਣ ਬਰਦਾਸ਼ਤ ਨਹੀਂ ਕਰੂਗਾ। ਅਸੀਂ ਦਰਬਾਰ ਸਾਹਿਬ ਤੋਂ ਅੱਜ ਇਹੀ ਅਰਦਾਸ ਕੀਤੀ, ਸ਼ਕਤੀ ਲਈ ਆ, ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੋਈ, ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਹੋਣਾ ਨੇ ਮਹਾਰਾਜ ਦੀ ਹਜ਼ੂਰੀ 'ਚ ਅਰਦਾਸ ਕੀਤੀ ਆ, ਪ੍ਰਸ਼ਾਦ ਬਖਸ਼ਿਆ, ਝੋਲੀ 'ਚ ਅਸੀਂ ਤਾਕਤ ਲੈ ਕੇ ਇੱਥੋਂ ਜਾ ਰਹੇ ਹਾਂ।
ਅਸੀਂ ਹਮੇਸ਼ਾ ਦਰਬਾਰ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ ਹਾਂ ਔਰ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੀ ਸਾਡੇ ਹਰਿਆਣਾ ਕਮੇਟੀ ਦੇ ਪ੍ਰੋਗਰਾਮ ਜਿਹੜੇ ਆ ਸਾਰੇ ਚੱਲਣ। ਜਥੇਦਾਰ ਜੀ ਤੁਸੀਂ ਕਿਹਾ ਵੀ ਨਾਲ ਲੈ ਕੇ ਚੱਲਣਾ ਸਭ ਨੂੰ ਅਤੇ ਮਨ ਸਾਹਿਬ ਤੁਹਾਡੇ ਨਾਲ ਨਹੀਂ ਰਲਦੇ, ਤੁਸੀਂ ਉਹਨਾਂ ਨਾਲ ਨਹੀਂ ਰਲਦੇ, ਉਹਨਾਂ ਨੂੰ ਵੀ ਸਰਬੱਤ ਖਾਲਸਾ ਨੇ ਚੁਣਿਆ, ਉਹ ਜਿਹੜਾ ਆਪਸੀ ਜਿਹੜਾ ਵਾਦ ਵਿਵਾਦ ਆ ਉਹ ਕਦੇ ਖਤਮ ਹੋਏਗਾ ਆਉਣ ਵਾਲੇ ਸਮੇਂ, ਕਿਉਂਕਿ ਸੰਗਤ ਸਤਿਕਾਰ ਤੁਹਾਡਾ ਵੀ ਕਰਦੀ ਉਹਨਾਂ ਦਾ ਵੀ ਕਰਦੀ, ਉਹਨਾਂ ਨੇ ਮੋਰਚਾ ਚੁੱਕਿਆ ਸੰਗਤ ਦੇ ਮਨ 'ਚ ਰੋਸ ਵੀ ਆ, ਪਰ ਕੀ ਤੁਸੀਂ ਇਕੱਠੇ ਹੋ ਕੇ ਆਉਣ ਵਾਲੇ ਸਮੇਂ ਚੱਲ ਸਕਦੇ ਹੋ? ਆਪਣਾ ਉਹ ਪੱਖ ਸਪਸ਼ਟ ਕਰ ਦੇਣਗੇ ਕਿ ਉਹਨਾਂ ਨੇ ਜਾਂ ਕੌਮ ਦੇ ਕੋਲੋਂ ਮਾਫ਼ੀ ਮੰਗ ਲੈਣਗੇ ਗਲਤੀ ਹੋਈ ਆ ਜਿਹੜੀ ਜੀ, ਅਤੇ ਉਹ ਦੱਸ ਦੇਣਗੇ ਕਿ ਉਹਨਾਂ ਨੂੰ ਮਜਬੂਰੀ ਕੀ ਸੀ, ਕਾਹਲੀ ਕੀ ਸੀ ਜੀ ਜੀ, ਜਾਂ ਉਹਨਾਂ ਦਾ ਸਮਝੌਤਾ ਕੀ ਹੋਇਆ। ਸਾਡਾ ਤਾਂ ਕੋਈ ਬਿਲਾ ਸ਼ਿਕਾ ਸਾਡੀ ਕਿਹੜੀ ਡਾਂਗ ਚੱਲੀ ਕੋਈ ਜੀ ਜੀ ਜੀ, ਸਾਡਾ ਤਾਂ ਵਿਚਾਰਧਾਰਕ ਵਖਰੇਵਾਂ ਕਿ ਉਹਨਾਂ ਨੇ ਕਿਉਂ ਕੀਤਾ, ਸਾਰੀ ਕੌਮ ਦੀਆਂ ਭਾਵਨਾਵਾਂ ਨਾਲ ਕਲਵਾੜ ਹੋਈ ਆ ਜੀ ਜੀ। ਅਸੀਂ ਸਿਖਰ 'ਤੇ ਲਗਾਏ ਦਿਨ ਰਾਤ ਕਰਕੇ ਮੋਰਚਾ ਸਾਰਾ ਪੰਥ, ਇੰਨੇ ਡੂੰਘੇ ਖੂਹ 'ਚ ਸਿੱਟ ਦਿੱਤਾ ਜੀ ਜੀ, ਸਰਕਾਰ ਸਾਰਾ ਕੁਛ ਕਰਨ ਨੂੰ ਤਿਆਰ ਬੈਠੀ ਸੀ, ਉਦੋਂ ਨਾ ਅਲਟੀਮੇਟਮ ਦਿੱਤਾ ਨਾ ਲਿਖਤੀ ਕੋਈ ਸਮਝੌਤਾ ਕੀਤਾ, ਇੰਨੀ ਕਾਹਲੀ ਦਿਖਾਈ ਗਈ, ਇਸ ਕਾਰਨ ਕਰਕੇ ਸਾਡੀ ਉਹਨਾਂ ਨਾਲ ਨਾਰਾਜ਼ਗੀ ਆ। ਜਦੋਂ ਆਪਣਾ ਪੱਖ ਸਪਸ਼ਟ ਕਰ ਦੇਣਗੇ, ਸਾਡਾ ਕਿਸੇ ਨਾਲ ਕੋਈ ਇੱਦਾਂ ਦਾ ਵੈਰ ਵਿਰੋਧ ਨਾ ਮਾਨ ਸਾਹਿਬ ਨਾਲ ਨਾ ਕਿਸੇ ਹੋਰ ਨਾਲ, ਉਹ ਆਪਣਾ ਪੱਖ ਸਪਸ਼ਟ ਕਰਕੇ ਕੌਮ ਦੇ ਕੋਲੋਂ ਚੱਲਦਿਆਂ, ਕਈ ਵਾਰੀ ਕਹਿੰਦੇ ਹੁੰਦੇ ਆ ਗਲਤੀ ਹੋ ਜਾਂਦੀ ਆ, ਤੁਰਦਿਆਂ ਠੇਡਾ ਲੱਗ ਵੀ ਜਾਂਦਾ, ਉਹ ਪੰਥ ਕੋਲੋਂ ਕੌਮ ਕੋਲੋਂ ਮਾਫ਼ੀ ਮੰਗ ਕੇ ਤਾਂ ਉਹ ਆਉਣ ਆਪਣਾ ਪੱਖ ਸਪਸ਼ਟ ਕਰਨ, ਤਾਂ ਕੋਈ ਨਾ ਉਹ ਵੀ ਨਾਲ ਸੇਵਾ ਕਰ ਜੀ। ਆਖਰੀ ਸਵਾਲ ਆ ਮੇਰਾ, ਅੱਜ ਸ਼ੌਕੀਨ ਪ੍ਰਚਾਰਕ ਭਾਈ ਰਣਜੀਤ ਸਿੰਘ ਸਾਬਕਾ ਸੰਤ ਵੀ ਰਹੇ ਆ, ਕਿਤੇ ਕਲਗੀਆਂ ਵੀ ਲਾਉਂਦੇ ਰਹੇ ਆ, ਗਾਨੀਆਂ ਪਾਉਂਦੇ ਰਹੇ ਆ, ਉਹ ਸਾਬਕਾ ਸੰਤ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਜਿਹੜੇ ਪ੍ਰੋਗਰਾਮਾਂ 'ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਰੋਕ ਜਿਹੜੀ ਆ ਉਹ ਲਾਉਣ ਦਾ ਆਦੇਸ਼ ਜਿਹੜਾ ਅਸੀਂ ਕਹਿ ਸਕਦੇ ਹੋ ਗਿਆ, ਭਾਈ ਗਿਆਨੀ ਹਰਪ੍ਰੀਤ ਸਿੰਘ ਹੋਣਾ ਕਿਹਾ ਵੀ ਇਹਦੇ ਕੋਈ ਸਮਾਗਮ ਨਾ ਕਰਾਵੇ, ਕੋਈ ਜੇ ਭਾਈ ਰਣਜੀਤ ਸਿੰਘ ਸਮਾਗਮ ਆਪਣਾ ਕਰਦੇ ਆ ਕੋਈ ਉੱਥੇ ਝਗੜਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵਿੱਚ ਵਾਦ ਵਿਵਾਦ ਹੁੰਦਾ ਤਾਂ ਖੁਦ ਜ਼ਿੰਮੇਵਾਰ ਹੋਣਗੇ, ਤੁਸੀਂ ਕਿਵੇਂ ਮੰਨਦੇ ਹੋ? ਇਹ ਇੱਕ ਵੱਡਾ ਫੈਸਲਾ ਕਹਿ ਸਕਦੇ ਕਿਉਂਕਿ ਭਾਈ ਰਣਜੀਤ ਸਿੰਘ ਨੂੰ ਕਰੋੜਾਂ ਲੋਕ ਸੁਣਦੇ ਆ, ਇਸ ਚੀਜ਼ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ, ਸੋਸ਼ਲ ਮੀਡੀਆ 'ਤੇ ਯੂਟਿਊਬ 'ਤੇ ਬੜੀ ਵੱਡੀ ਫੈਨ ਫੋਲੋਇੰਗ ਆ ਉਹਨਾਂ ਦੀ ਜਿੱਦਾਂ ਸਿੰਗਰਾਂ ਦੀ ਹੁੰਦੀ ਆ, ਤਾਂ ਉਹ ਉਹਨਾਂ ਨੂੰ ਲੱਗਦਾ ਮੈਨੂੰ 10-10 ਹਜ਼ਾਰ ਬੰਦਾ ਲਾਈਵ ਦੇਖਦਾ, ਮੈਂ ਕੀ ਜਾਣਦਾ ਇਹਨਾਂ ਦੇ ਅਕਾਲ ਤਖਤ ਨੂੰ, ਕਿਉਂਕਿ ਇਸ ਤਰ੍ਹਾਂ ਦੀ ਵਰਡਿੰਗ ਉਹ ਆਪਣੇ ਦੀਵਾਨਾਂ 'ਚ ਵਰਤਦੇ ਆ। ਅੱਜ ਅਕਾਲ ਤਖਤ ਸਾਹਿਬ ਤੋਂ ਉਹਨਾਂ ਦੇ ਦੀਵਾਨਾਂ ਦੇ ਬਾਰੇ ਇੱਕ ਵੱਡਾ ਬਿਆਨ ਜਿਹੜਾ ਜਥੇਦਾਰ ਸਾਹਿਬ ਨੇ ਦਿੱਤਾ। ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਾਦਾਰ ਬਦਲਦੇ ਰਹਿੰਦੇ, ਪ੍ਰਬੰਧ ਬਦਲਦੇ ਰਹਿੰਦੇ ਜੀ। ਅਸੀਂ ਹਮੇਸ਼ਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹਿਣਾ। ਰਹੀ ਗੱਲ ਭਾਈ ਰਣਜੀਤ ਸਿੰਘ ਦੀ, ਅਸੀਂ ਬਥੇਰਾ ਸਮਝਾਉਣ ਦਾ ਯਤਨ ਕੀਤਾ, ਇੱਕ ਟਾਈਮ ਸੀ ਜਦੋਂ ਉਹਨਾਂ ਨੂੰ ਲੋੜ ਸੀ ਉਹ ਮੇਰੇ ਕੋਲ ਆਏ, ਅਸੀਂ ਉਹਨਾਂ ਦੀ ਮਦਦ ਕੀਤੀ, ਹੁਣ ਜਦੋਂ ਵਿਵਾਦ ਜ਼ਿਆਦਾ ਵਧਿਆ ਤਾਂ ਅਸੀਂ ਵਿੱਚ ਦਖਲ ਦਿੱਤਾ, ਪਰ ਉਹਨਾਂ ਨੇ ਅਣਗੌਲਿਆ ਕਰ ਦਿੱਤਾ, ਕਿਸ ਦੀ ਸ਼ਹਿ ਆ ਉਹਨਾਂ ਪਿੱਛੇ, ਕੀ ਸਾਜਿਸ਼ ਆ, ਕੌਣ ਖੜਾ, ਇਹ ਤਾਂ ਰੱਬ ਜਾਣਦਾ ਜੀ। ਉਹ ਆਪਣੀਆਂ ਗੱਲਾਂ ਬਾਤਾਂ ਤੋਂ ਬਾਜ਼ ਨਹੀਂ ਆਏ, ਤਾਂ ਫਿਰ ਮੈਂ ਸਮਝਦਾ ਕਾਰਵਾਈ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ, ਪਰ ਚਲੋ ਦੇਰ ਆਏ ਦਰੁਸਤ ਆਏ, ਹੁਣ ਆਏ ਅਸੀਂ ਇਹਦੀ ਸ਼ਲਾਘਾ ਕਰਦੇ ਹਾਂ। ਉਹਨਾਂ ਨੂੰ ਸੁਧਰਨ ਦਾ ਬੜਾ ਮੌਕਾ ਦਿੱਤਾ, ਪਰ ਉਹ ਹੰਕਾਰੀ ਹੋ ਕੇ ਦਿਨੋਂ ਦਿਨ ਜਿਹੜਾ ਵਿਗੜਦੇ ਗਏ, ਦਿਨੋਂ ਦਿਨ ਜਿਹੜਾ ਅਸੀਂ ਵਿਚਾਰ, ਰਹੀ ਗੱਲ ਕਰੋੜਾਂ ਲੋਕਾਂ ਦੇ, ਪੰਥ ਦੇ ਕਰੋੜਾਂ ਵਿਰੋਧੀ ਨੇ, ਜੇ ਕਰੋੜਾਂ ਵਿਰੋਧੀ ਉਹਨਾਂ ਨੂੰ ਲਾਈਵ ਸੁਣਦੇ ਹੋਣਗੇ ਅਤੇ ਉਹ ਸਮਝਣ ਵੀ ਇਹ ਮੈਨੂੰ ਪੰਥ ਸੁਣਦਾ, ਤਾਂ ਇਹ ਉਹਨਾਂ ਦੀ ਗਲਤ ਫਹਿਮੀ ਹੈ। ਜਿਹੜੇ ਕਰੋੜਾਂ ਲੋਕ ਔਨਲਾਈਨ ਸੁਣਦੇ ਆ, ਜ਼ਰੂਰੀ ਨਹੀਂ ਕਿ ਉਹ ਪੰਥ ਹਿਤੈਸ਼ੀ ਆ, ਉਹ ਪੰਥ ਵਿਰੋਧੀ ਵੀ ਹੋ ਸਕਦੇ ਆ, ਉਹ ਲੋਕ ਹੋ ਸਕਦੇ ਆ ਜਿਹੜੇ ਇਹਨਾਂ ਨੂੰ ਇਸ ਰਾਹ 'ਤੇ ਲਿਜਾਣਾ ਚਾਹੁੰਦੇ ਸੀ ਵੀ ਇਹਨਾਂ ਨੂੰ ਪੰਥ ਤੋਂ ਦੂਰ ਲੈ ਜਾਈਏ ਜੀ, ਅਤੇ ਉਹਨਾਂ ਨੇ ਸ਼ਹਿ ਦੇ ਕੇ ਇਹਨਾਂ ਨੂੰ ਪੰਥ ਤੋਂ ਦੂਰ ਲੈ ਕੇ, ਗੁਰੂ ਤੋਂ ਦੂਰ ਲੈ ਗਏ ਆ। ਉਹ ਆਪ ਜਿੰਨਾ ਮਰਜ਼ੀ ਕਹੀ ਜਾਣ ਹੁਣ ਵੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਬੜਾ ਸੇਵਕ ਹਾਂ ਜਾਂ ਮੈਂ ਸਿੱਖੀ ਦਾ, ਹੁਣ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋ ਗਿਆ, ਹੁਣ ਸਾਰਾ ਪੰਥ ਇਸ ਚੀਜ਼ ਤੋਂ ਪਹਿਰਾ ਦਊਗਾ ਜੀ, ਤਾਂ ਉਹਨਾਂ ਨੂੰ ਇਸ ਗੱਲ 'ਤੇ ਜਿਹੜਾ ਆਪਣੀ ਗਲਤੀ ਦਾ ਅਹਿਸਾਸ ਹੁਣ ਹੋਊਗਾ ਜਿਹੜਾ ਹੁਣ ਤੱਕ ਨਹੀਂ। ਇੱਕ ਲਾਸਟ ਜੀ, ਅਕਾਲੀ ਸਰਕਾਰ 'ਚ ਬੇਅਦਬੀਆਂ ਹੋਈਆਂ, ਬਰਗਾੜੀ ਦਾ ਕਾਂਡ ਅਜਿਹਾ ਹੋਇਆ ਵੀ ਕੋਈ ਵੀ ਸਿੱਖ ਉਹ ਭੁੱਲ ਨਹੀਂ ਸਕਦਾ, ਦੋ ਸਿੱਖ ਵੀ ਸ਼ਹੀਦ ਹੋਏ, ਕਈਆਂ ਨੇ ਜ਼ਖਮੀ ਹੋ ਗਏ, ਕਿਸੇ ਦਾ ਕੋਈ ਨੁਕਸਾਨ ਹੋਇਆ, ਤਾਂ ਕੈਪਟਨ ਸਰਕਾਰ ਆ ਗਈ ਆ, ਹੁਣ ਤਾਂ ਲਗਭਗ ਜਾਣ ਹੀ ਵਾਲੀ ਆ, ਤਾਂ ਕੈਪਟਨ ਸਾਹਿਬ ਨੇ ਸੌਂਹ ਗੁਟਕਾ ਸਾਹਿਬ ਦੀ ਨਸ਼ਿਆਂ ਨੂੰ ਲੈ ਕੇ ਅਤੇ ਬੇਅਦਬੀ ਮਾਮਲੇ ਦਿਖਾਦੀ ਸੀ, ਪਰ ਬੇਅਦਬੀਆਂ ਜਿਹੜੀਆਂ ਅਜੇ ਵੀ ਹੋ ਰਹੀਆਂ, ਬੀਤੇ ਕੁਝ ਦਿਨ ਪਹਿਲਾਂ ਹੀ ਪਟਿਆਲਾ ਲੱਗੇ ਜਿਹੜੀ ਬੇਅਦਬੀ ਹੋਈ, ਤੁਸੀਂ ਵੀ ਉੱਥੇ ਜਾ ਕੇ, ਤੁਹਾਨੂੰ ਕੀ ਲੱਗਦਾ ਵੀ ਕੋਈ ਵੱਡੀ ਸਾਜਿਸ਼ ਅਜੇ ਵੀ ਚੱਲ ਰਹੀ ਹੈ ਪੰਜਾਬ ਦੀ ਪੁਲਿਸ? ਉਸ ਸਮੇਂ ਸੁਖਬੀਰ ਸਿੰਘ ਬਾਦਲ ਕਹਿੰਦੇ ਸੀ ਵੀ ਮੈਨੂੰ ਇੱਕ ਕੀੜੀ ਦਿਸਦੀ ਪੰਜਾਬ ਦੇ ਵਿੱਚ, ਕਿ ਕੈਪਟਨ ਸਾਹਿਬ ਨੂੰ ਕੀੜੀਆਂ ਦਿਸਣੋਂ ਹਟ ਗਈਆਂ, ਕਿ ਪੰਜਾਬ ਦੀ ਜਿਹੜੀ ਪੁਲਿਸ ਐਡੀ ਢਿੱਲੀ ਹੋ ਗਈ, ਇੰਟੈਲੀਜੈਂਸੀ ਢਿੱਲੀ ਹੋ ਗਈ, ਅਜੇ ਵੀ ਸਰੂਪ ਚੋਰੀ ਹੋ ਰਿਹਾ, ਸਰਸੇ ਵਾਲਾ ਤੰਤਰ ਆ, ਪ੍ਰੇਮੀ ਫੜੇ ਗਏ, ਹੁਣ ਕੌਣ ਬੇਅਦਬੀਆਂ ਦੀ ਜਿਹੜੀ ਕੋਸ਼ਿਸ਼ ਕਰ ਰਿਹਾ, ਕੋਈ ਸਿਆਸੀ ਧਿਰ ਆ ਜਾਂ ਕੋਈ ਅਜੇ ਵੀ ਡੇਰਾ, ਜਾਂ ਕੌਣ ਹੋ ਸਕਦਾ ਤੁਹਾਨੂੰ, ਕਿਉਂਕਿ ਫਿਰ ਮਾਹੌਲ ਖਰਾਬ ਹੋ ਸਕਦਾ? ਦੇਖੋ, ਜਿਹੜਾ ਗੁਰਦੁਆਰਾ ਅਰਦਾਸਪੁਰਾ ਸਾਹਿਬ ਤੋਂ ਸਰੂਪ ਚੋਰੀ ਹੋਇਆ, ਮੈਨੂੰ ਲੱਗਦਾ ਕਿਸੇ ਲਾਲਚ ਦਾ ਹਿੱਸਾ, ਉਹ ਬੜਾ ਦੁਰਲੱਭ ਸਰੂਪ ਸੀਗਾ, ਕਿਸੇ ਨੇ ਲਾਲਚ ਦਾ ਸਰੂਪ ਕੀਤਾ, ਜੇ ਤਾਂ ਕੋਈ ਬੇਅਦਬੀ ਦੀ ਘਟਨਾ ਸਾਹਮਣੇ ਨਹੀਂ ਆਈ ਜੀ। ਅਸੀਂ ਉੱਥੇ ਜਾ ਕੇ ਕਾਰਵਾਈ ਕਰਾਈ ਹੈ, 28 ਤੱਕ ਅੱਜ 29 ਨੂੰ ਫਿਰ ਜਾਵਾਂਗੇ ਜੀ।
ਜਿੱਥੋਂ ਤੱਕ ਰਹੀ ਗੱਲ ਸਰਕਾਰਾਂ ਦੀ ਬਾਦਲਾਂ ਦੇ ਰਾਜ ਵੇਲੇ ਵੀ ਜਦ ਵੀ ਹੋਈ ਉਹਨਾਂ ਵੀ ਧਿਆਨ ਨਹੀਂ ਦਿੱਤਾ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਤਾਂ ਬਿਲਕੁਲ ਨਾਲ ਆ ਉੱਥੋਂ ਬਿਲਕੁਲ ਬਿਲਕੁਲ ਉਹਨਾਂ ਅਜੇ ਤੱਕ ਬਿਆਨ ਵੀ ਨਹੀਂ ਦਿੱਤਾ ਉਹਦੇ 'ਤੇ ਇਹ ਇਹਨਾਂ ਦਾ ਜ਼ਿਲ੍ਹਾ ਸੀ ਉਹਨਾਂ ਦਾ ਜ਼ਿਲ੍ਹਾ ਜਿਹੜੀਆਂ ਕਸਮਾਂ ਨੇ ਮੈਂ ਸਮਝਦਾ ਕਸਮਾਂ ਵਾਅਦੇ ਮੁੱਕਰਨ ਵਾਸਤੇ ਕੀਤੇ ਜਾਂਦੇ ਸਿਆਸੀ ਲੋਕਾਂ ਵੱਲੋਂ ਜੀ ਪਰ ਜਿਹੜਾ ਅਸਰ ਬਾਦਲਾਂ ਦਾ ਹੋਇਆ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਵੋਟਾਂ ਨਹੀਂ ਸੀ ਪਾਈਆਂ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਖ ਸਮਝ ਕੇ ਕੁੜਕੇ ਦੀ ਸਹੁੰ 'ਤੇ ਭਰੋਸਾ ਕਰਕੇ ਪਾਈਆਂ ਸੀ ਵੀ ਜਦਵੀ ਦਾ ਇਨਸਾਫ ਦਿਆਂਗੇ ਨਸ਼ਿਆਂ ਦਾ ਲੱਕ ਤੋੜਾਂਗੇ ਨਸ਼ਿਆਂ ਸ਼ਰਾਬ ਜ਼ਹਿਰੀਲੀ ਸ਼ਰਾਬ ਨਾਲ ਸੈਂਕੜੇ ਮਰ ਗਏ ਬੇਅਦਬੀਆਂ ਹੋਈ ਜਾਂਦੀਆਂ ਪਰ ਕਸਮਾਂ ਵਾਅਦੇ ਕਿੱਥੇ ਗਏ ਆ ਜੀ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਵੀ ਖਰੇ ਨਹੀਂ ਉਤਰ ਰਹੇ ਪੰਜਾਬ ਦੇ ਲੋਕਾਂ ਨੇ ਜੋ ਵਾਅਦੇ ਕੀਤੇ ਸੀ ਜੀ ਫਿਰ ਉਹਨਾਂ ਨੂੰ ਵੀ ਆਪਣਾ ਹਸਰ ਇਸ ਗੱਲ ਦਾ ਯਾਦ ਰੱਖਣਾ ਚਾਹੀਦਾ ਪੰਥ ਦੇ ਪੰਜਾਬ ਦੇ ਲੋਕਾਂ ਨੇ ਨਾ ਬਾਦਲਾਂ ਨੂੰ ਮੁਆਫ ਕੀਤਾ ਅਤੇ ਨਾ ਕੈਪਟਨ ਅਮਰਿੰਦਰ ਸਿੰਘ ਨੂੰ ਕਰਨਾ ਜੇਕਰ ਉਹਨਾਂ ਨੇ ਬਰਗਾੜੀ ਦਾ ਅਰਦਾਸਪੁਰਾ ਸਾਹਿਬ ਦਾ ਇਨਸਾਫ ਨਾ ਕੀਤਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਾ ਕੀਤਾ ਇਹ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਸਰਬ ਕਲਾ ਸਮਰੱਥ ਸਤਿਗੁਰ ਦਾ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੇ ਮਸਲੇ 'ਤੇ ਰਾਜਨੀਤੀ ਕਰੂਗਾ ਉਹਨੂੰ ਗੁਰੂ ਨੇ ਮੁਆਫ ਨਹੀਂ ਕਰਨਾ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਸਿੰਘ ਸਾਹਿਬ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ